ਹਾਂਜੀ, ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਅੱਜ ਦੇ ਦਿਨ ਸਾਡੇ ਬਾਰੇ ਸੋਚਿਆ, ਲੇਡੀਜ਼ ਬਾਰੇ। ਤੇ ਲੱਗਦਾ ਕਿ ਇੰਨਾ ਫਾਇਦਾ ਹੋਊਗਾ? ਹਾਂਜੀ, ਸਾਡੇ ਲਈ ਬਹੁਤ ਅੱਛੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਥੋੜ੍ਹੇ ਜਿਹੇ ਹੋਰ ਰੇਟ ਘੱਟ ਕਰਨ ਸਿਲੰਡਰਾਂ ਦੇ। ਇੱਕ ਬਜਟ ਬਣਦਾ ਵਾ, ਘਰ ਦਾ ਬਜਟ ਹੁੰਦਾ, ਰਸੋਈ ਦਾ ਬਜਟ ਹੁੰਦਾ ਵਾ, ਲੱਗਦਾ ਕਿ ਜੇਬ ਤੇੜਾ ਭਾਰ ਘਟੂਗਾ ਥੋੜ੍ਹਾ। ਹਾਂਜੀ, ਉਹਦੇ ਨਾਲ ਥੋੜ੍ਹਾ ਜਿਹਾ ਸਾਨੂੰ ਭਾਰ ਘੱਟ ਮਹਿਸੂਸ ਹੋਊਗਾ। ਗੱਲ ਕੀਤੀ ਜਾਵੇ ਤੇ ਅੱਜ ਸ਼ਿਵਰਾਤਰੀ ਵੀ ਹੈ ਤੇ ਮਹਿਲਾ ਦਿਵਸ ਵੀ ਹੈ, ਤੇ ਲੱਗਦਾ ਕਿ ਚੰਗਾ ਤੋਹਫਾ ਮਿਲਿਆ ਤੁਹਾਨੂੰ ਮਹਿਲਾਵਾਂ ਨੂੰ। ਜੀ, ਇਹ ਸਾਨੂੰ ਬਹੁਤ ਅੱਛਾ ਤੋਹਫਾ ਮਿਲਿਆ ਪ੍ਰਧਾਨ ਮੰਤਰੀ ਜੀ ਵੱਲੋਂ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਸਾਡੇ ਬਾਰੇ ਕੁਝ ਹੋਰ ਵੀ ਸੋਚਣ, ਲੇਡੀਜ਼ ਬਾਰੇ। ਬਹੁਤ ਅੱਛਾ ਲੱਗ ਰਿਹਾ ਜੀ, ਮੋਦੀ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਰਿਕਮੈਂਡ ਕੀਤੀ ਔਰਤਾਂ ਨੂੰ, ਬਹੁਤ ਇੱਕ ਵੱਡਾ ਤੋਹਫਾ ਕਹਿ ਸਕਦੇ ਹਾਂ ਜਿਹਦੇ ਵਿੱਚ ਕਿ ਰਸੋਈ ਦੇ ਵਿੱਚ ਸਭ ਤੋਂ ਜਿਹੜੀ ਸਾਡੀ ਮੇਨ ਜ਼ਰੂਰਤ ਉਹ ਸਿਲੰਡਰ ਹੀ ਹੈ। ਸਿਲੰਡਰ ਹੋਏਗਾ ਤੁਸੀਂ ਖਾਣਾ ਬਣਾਵਾਂਗੇ, ਅਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਮੋਦੀ ਸਾਹਿਬ ਨੇ ਸਿਲੰਡਰ ਸੌ ਰੁਪਏ ਸਸਤਾ ਕੀਤਾ। ਸਾਨੂੰ ਮਤਲਬ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸ਼ਾਇਦ ਉੱਦਾਂ ਦੀਆਂ ਹੋਰ ਵੀ ਇਸਤਰੀਆਂ ਨੂੰ ਬਹੁਤ ਸਹੂਲਤਾਂ ਦੇਣਗੇ, ਕਿਉਂਕਿ ਜੇਕਰ ਦੇਖਿਆ ਜਾਵੇ ਸਿਲੰਡਰ ਹੈ ਨਾ ਘਰ ਦੇ ਵਿੱਚ ਬਹੁਤ ਜ਼ਰੂਰੀ ਸੀਗਾ ਅਤੇ ਮਹਿੰਗਾ ਵੀ ਸੀਗਾ, ਹੁਣ ਜਿਹੜਾ ਆ ਸਸਤਾ ਕੀਤਾ ਗਿਆ। ਹਾਂਜੀ, ਉਹੀ ਕਿ ਪਹਿਲੇ ਬਹੁਤ ਮਹਿੰਗਾ ਸੀ, ਆਮ ਜਿਹੜੀ ਔਰਤਾਂ ਨੂੰ ਲੈਣਾ ਮੁਸ਼ਕਿਲ ਸੀ, ਹੁਣ 100 ਰੁਪਇਆ ਘੱਟਣ ਨਾਲ ਵੀ ਬਹੁਤ ਰਸੋਈ ਦੇ ਬਜਟ 'ਚ ਬੜਾ ਫਰਕ ਪੈਂਦਾ, ਅਤੇ ਉਮੀਦ ਹੈ ਜੀ ਆਉਣ ਵਾਲੇ ਟਾਈਮ 'ਤੇ ਹੋਰ ਵੀ ਸਾਨੂੰ ਸਹੂਲਤ ਮਿਲੇਗੀ। ਬਹੁਤ ਅੱਛਾ ਲੱਗ ਰਿਹਾ, ਦੇਖੋ ਬਹੁਤ ਅੱਛਾ ਲੱਗ ਰਿਹਾ ਹੈ। ਮੋਦੀ ਸਰਕਾਰ ਜੋ ਵੀ ਦੇਸ਼ ਕੇ ਲਈ ਕਰ ਰਹੀ ਹੈ ਬਹੁਤ ਅੱਛਾ ਕਰ ਰਹੀ ਹੈ ਜੀ। ਲੇਡੀਜ਼ ਕੇ ਲਈ ਵੀ ਬਹੁਤ ਬੜੀਆ ਹੋ ਗਿਆ, ਜੋ ਲੋਕ ਗਰੀਬ ਥੇ ਉਹ ਨਹੀਂ ਅਫੋਰਡ ਕਰ ਸਕਦੇ ਥੇ, ਸੋਈ ਕਾ ਕੰਮ ਤੋ ਸਭੀ ਲੇਡੀਜ਼ ਕੋ ਹੈ, ਇਸ ਲਈ ਜੋ ਉਹਨੇ ਕਿਹਾ ਹੈ ਜੀ ਬਹੁਤ ਅੱਛਾ ਉਪਰਾਲਾ ਹੈ ਉਨਕਾ। ਮੈਂ ਉਮੀਦ ਕਰਤੀ ਹੂੰ ਮੋਦੀ ਸਰਕਾਰ ਹਮੇਸ਼ਾ ਦੇਸ਼ ਕੇ ਲਈ ਅੱਛਾ ਹੀ ਕਰੇ ਜੀ, ਕਿਉਂਕਿ ਅਗਰ ਦੇਖਾ ਜਾਏ ਅੱਜ ਵੂਮਨ ਡੇ ਹੈ, ਕਿਆ ਲੱਗਤਾ ਹੈ ਮਹਿਲਾਓਂ ਕੋ ਇਹ ਤੋਹਫਾ ਦਿਆ ਗਿਆ ਉਨਕੀ ਤਰਫ ਸੇ? ਹਾਂ ਜੀ, ਸਭ ਤੋਂ ਬੜਾ ਤੋਹਫਾ ਹੈ ਜੀ ਮਹਿਲਾਓਂ ਕੇ ਲਈ, ਤੋ ਮਹਿਲਾਓਂ ਕੋ ਤੋ ਜ਼ਿਆਦਾ ਔਰਤ ਨਹੀਂ ਹੋਤਾ ਹੈ, ਰਸੋਈ ਕਾ ਕਾਮ ਹੋਤਾ ਹੈ ਜੀ, ਰਸੋਈ ਮੇਂ ਜੋ ਹੋ ਗਿਆ ਹੈ ਤੋ ਬਹੁਤ ਅੱਛਾ ਹੋਣਾ ਉਨਕਾ ਉਪਰਾਲਾ ਜੀ, ਬਹੁਤ ਅੱਛਾ। ਹਾਂਜੀ, ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਅੱਜ ਦੇ ਦਿਨ ਸਾਡੇ ਬਾਰੇ ਸੋਚਿਆ, ਲੇਡੀਜ਼ ਬਾਰੇ। ਤੇ ਲੱਗਦਾ ਕਿ ਇੰਨਾ ਫਾਇਦਾ ਹੋਊਗਾ? ਹਾਂਜੀ, ਸਾਡੇ ਲਈ ਬਹੁਤ ਅੱਛੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਥੋੜ੍ਹੇ ਜਿਹੇ ਹੋਰ ਰੇਟ ਘੱਟ ਕਰਨ ਸਿਲੰਡਰਾਂ ਦੇ। ਇੱਕ ਬਜਟ ਬਣਦਾ ਵਾ, ਘਰ ਦਾ ਬਜਟ ਹੁੰਦਾ, ਰਸੋਈ ਦਾ ਬਜਟ ਹੁੰਦਾ ਵਾ, ਲੱਗਦਾ ਕਿ ਜੇਬ ਤੇੜਾ ਭਾਰ ਘਟੂਗਾ ਥੋੜ੍ਹਾ। ਹਾਂਜੀ, ਉਹਦੇ ਨਾਲ ਥੋੜ੍ਹਾ ਜਿਹਾ ਸਾਨੂੰ ਭਾਰ ਘੱਟ ਮਹਿਸੂਸ ਹੋਊਗਾ। ਗੱਲ ਕੀਤੀ ਜਾਵੇ ਤੇ ਅੱਜ ਸ਼ਿਵਰਾਤਰੀ ਵੀ ਹੈ ਤੇ ਮਹਿਲਾ ਦਿਵਸ ਵੀ ਹੈ, ਤੇ ਲੱਗਦਾ ਕਿ ਚੰਗਾ ਤੋਹਫਾ ਮਿਲਿਆ ਤੁਹਾਨੂੰ ਮਹਿਲਾਵਾਂ ਨੂੰ। ਜੀ, ਇਹ ਸਾਨੂੰ ਬਹੁਤ ਅੱਛਾ ਤੋਹਫਾ ਮਿਲਿਆ ਪ੍ਰਧਾਨ ਮੰਤਰੀ ਜੀ ਵੱਲੋਂ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਸਾਡੇ ਬਾਰੇ ਕੁਝ ਹੋਰ ਵੀ ਸੋਚਣ, ਲੇਡੀਜ਼ ਬਾਰੇ। ਬਹੁਤ ਅੱਛਾ ਲੱਗ ਰਿਹਾ ਜੀ, ਮੋਦੀ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਰਿਕਮੈਂਡ ਕੀਤੀ ਔਰਤਾਂ ਨੂੰ, ਬਹੁਤ ਇੱਕ ਵੱਡਾ ਤੋਹਫਾ ਕਹਿ ਸਕਦੇ ਹਾਂ ਜਿਹਦੇ ਵਿੱਚ ਕਿ ਰਸੋਈ ਦੇ ਵਿੱਚ ਸਭ ਤੋਂ ਜਿਹੜੀ ਸਾਡੀ ਮੇਨ ਜ਼ਰੂਰਤ ਉਹ ਸਿਲੰਡਰ ਹੀ ਹੈ। ਸਿਲੰਡਰ ਹੋਏਗਾ ਤੁਸੀਂ ਖਾਣਾ ਬਣਾਵਾਂਗੇ, ਅਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਮੋਦੀ ਸਾਹਿਬ ਨੇ ਸਿਲੰਡਰ 100 ਰੁਪਏ ਸਸਤਾ ਕੀਤਾ। ਸਾਨੂੰ ਮਤਲਬ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸ਼ਾਇਦ ਉੱਦਾਂ ਦੀਆਂ ਹੋਰ ਵੀ ਇਸਤਰੀਆਂ ਨੂੰ ਬਹੁਤ ਸਹੂਲਤਾਂ ਦੇਣਗੇ, ਕਿਉਂਕਿ ਜੇਕਰ ਦੇਖਿਆ ਜਾਵੇ ਸਿਲੰਡਰ ਹੈ ਨਾ ਘਰ ਦੇ ਵਿੱਚ ਬਹੁਤ ਜ਼ਰੂਰੀ ਸੀਗਾ ਅਤੇ ਮਹਿੰਗਾ ਵੀ ਸੀਗਾ, ਹੁਣ ਜਿਹੜਾ ਆ ਸਸਤਾ ਕੀਤਾ ਗਿਆ। ਹਾਂਜੀ, ਉਹੀ ਕਿ ਪਹਿਲੇ ਬਹੁਤ ਮਹਿੰਗਾ ਸੀ, ਆਮ ਜਿਹੜੀ ਔਰਤਾਂ ਨੂੰ ਲੈਣਾ ਮੁਸ਼ਕਿਲ ਸੀ, ਹੁਣ 100 ਰੁਪਇਆ ਘੱਟਣ ਨਾਲ ਵੀ ਬਹੁਤ ਰਸੋਈ ਦੇ ਬਜਟ 'ਚ ਬੜਾ ਫਰਕ ਪੈਂਦਾ, ਅਤੇ ਉਮੀਦ ਹੈ ਜੀ ਆਉਣ ਵਾਲੇ ਟਾਈਮ 'ਤੇ ਹੋਰ ਵੀ ਸਾਨੂੰ ਸਹੂਲਤ ਮਿਲੇਗੀ। ਬਹੁਤ ਅੱਛਾ ਲੱਗ ਰਿਹਾ, ਦੇਖੋ ਬਹੁਤ ਅੱਛਾ ਲੱਗ ਰਿਹਾ ਹੈ। ਮੋਦੀ ਸਰਕਾਰ ਜੋ ਵੀ ਦੇਸ਼ ਕੇ ਲਈ ਕਰ ਰਹੀ ਹੈ ਬਹੁਤ ਅੱਛਾ ਕਰ ਰਹੀ ਹੈ, ਜੀ ਲੇਡੀਜ਼ ਕੇ ਲਈ ਵੀ ਬਹੁਤ ਬੜੀਆ ਹੋ ਗਿਆ, ਜੋ ਲੋਕ ਗਰੀਬ ਥੇ ਉਹ ਨਹੀਂ ਅਫੋਰਡ ਕਰ ਸਕਦੇ ਥੇ, ਸੋਈ ਕਾ ਕੰਮ ਤੋ ਸਭੀ ਲੇਡੀਜ਼ ਕੋ ਹੈ, ਜੀ ਇਸ ਲਈ ਜੋ ਉਹਨੇ ਕਿਹਾ ਹੈ ਜੀ ਬਹੁਤ ਅੱਛਾ ਉਪਰਾਲਾ ਹੈ ਉਨਕਾ। ਮੈਂ ਉਮੀਦ ਕਰਤੀ ਹੂੰ ਮੋਦੀ ਸਰਕਾਰ ਹਮੇਸ਼ਾ ਦੇਸ਼ ਕੇ ਲਈ ਅੱਛਾ ਹੀ ਕਰੇ ਜੀ, ਕਿਉਂਕਿ ਅਗਰ ਦੇਖਾ ਜਾਏ ਅੱਜ ਵੂਮਨ ਡੇ ਹੈ, ਕਿਆ ਲੱਗਤਾ ਹੈ ਮਹਿਲਾਓਂ ਕੋ ਇਹ ਤੋਹਫਾ ਦਿਆ ਗਿਆ ਉਨਕੀ ਤਰਫ ਸੇ? ਹਾਂ ਜੀ, ਸਭ ਤੋਂ ਬੜਾ ਤੋਹਫਾ ਹੈ ਜੀ ਮਹਿਲਾਓਂ ਕੇ ਲਈ, ਤੋ ਜੀ ਮਹਿਲਾਓਂ ਕੋ ਤੋ ਜ਼ਿਆਦਾ ਔਰਤ ਨਹੀਂ ਹੋਤਾ ਹੈ, ਰਸੋਈ ਕਾ ਕਾਮ ਹੋਤਾ ਹੈ ਜੀ, ਰਸੋਈ ਮੇਂ ਜੋ ਹੋ ਗਿਆ ਹੈ ਤੋ ਬਹੁਤ ਅੱਛਾ ਹੋਣਾ ਉਨਕਾ ਉਪਰਾਲਾ ਜੀ, ਬਹੁਤ ਅੱਛਾ।